Hello everyone, welcome back to Suksha Ma'am ki classes. I hope you all are doing great and preparing well for your term second examination. Today we will continue our revision of the poem We Who Loves book activity 9th si karange. ਇਹਦੇ ਵਿੱਚ ਕੀ ਹੈ ਤੁਹਾਡੀ ਇੰਗਲਿਸ਼ ਦੀ ਬੁੱਕ ਦੇ ਵਿੱਚ ਇੱਕ ਪੈਸੇਜ ਦਿੱਤਾ ਹੋਇਆ ਹੈ ਪੇਜ ਨੰਬਰ 167 ਚ ਹੁਣ ਟੀਚਰ ਦਾ ਕੰਮ ਕੀ ਹੈ ਉਸ ਸਟੋਰੀ ਨੂੰ ਰੀਡ ਕਰੇਗੀ ਤੁਹਾਡੇ ਲਈ ਫਿਰ ਉਸ ਬੇਸਿਸ ਤੇ ਤੁਸੀਂ ਆਪਣੇ ਫਿਲਿੰਗ ਦਾ ਬਲੈਂਕਸ ਆ ਵਾਲੇ ਕਰ ਲੈਨੇ ਜੋ ਥੱਲੇ ਦਿੱਤੇ ਹੋਏ ਨੇ ਮੈਂ ਤੁਹਾਨੂੰ ਸਟੋਰੀ ਰੀਡ ਵੀ ਕਰ ਦਾਂਗੀ ਐਕਸਪਲੇਨ ਵੀ ਕਰ ਦਾਂਗੀ ਐਂਡ ਦੈਨ ਅਸੀਂ ਸਾਰੇ ਇਕੱਠੇ ਮਿਲ ਕੇ ਤੁਹਾਡੇ ਫਿਲਿੰਗ ਦਾ ਬਲੈਂਕਸ ਸੋਲਵ ਵੀ ਕਰਾਂਗੇ ਨਾਓ ਲੈਟਸ ਸਟਾਰਟ ਵੇਅਰ ਇਜ਼ ਮਾਈ ਪੁਆਇੰਟਰ ਵਾਂਸ ਅਪਨ ਅ ਟਾਈਮ There was a shepherd who bought a flock of sheep. ਇੱਕ ਵਾਰ ਦੀ ਗੱਲ ਹੈ ਇੱਕ ਸ਼ੈਫਰਡ ਸੀ ਜਿਨੇ ਸ਼ੀਪ ਦਾ ਝੁੰਡ ਖਰੀਦਿਆ ਝੁੰਡ ਨੂੰ ਫਲੋਕ ਕਿਹਾ ਜਾਂਦਾ ਹੈ He also had a dog who helped him to control his sheep. ਤੇ ਉਸ ਤੋਂ ਇਲਾਵਾ ਉਹਦੇ ਕੋਲ ਇੱਕ ਹੈਲਪਰ ਵੀ ਸੀਗਾ ਜੋ ਇੱਕ ਡੌਗ ਸੀ ਜੋ ਉਸ ਝੁੰਡ ਨੂੰ ਉਸ ਸ਼ੀਪ ਨੂੰ ਕੀ ਕਰਦਾ ਸੀ ਕੰਟਰੋਲ ਕਰਨ ਚ ਸ਼ੈਫਰਡ ਦੀ ਮਦਦ ਕਰਦਾ ਸੀ When the sheep grew up a little the shepherd realized that these sheep just would not stop bleating ਹੁਣ ਜਿਵੇਂ ਜਿਵੇਂ ਉਹ ਸ਼ੀਪ ਸਨ ਉਹ ਵੱਡੀਆਂ ਹੋਈਆਂ ਤਾਂ ਸ਼ੈਫਰਡ ਨੂੰ ਇਹ ਰਿਅਲਾਈਜ਼ ਹੋਇਆ ਕਿ ਇਹ ਨਾ ਚੁੱਪ ਹੀ ਨਹੀਂ ਕਰਦੀਆਂ ਹਮੇਸ਼ਾ ਬੋਲਦੀਆਂ ਰਹਿੰਦੀਆਂ ਨੇ ਤੇ ਜੋ ਸ਼ੀਪ ਬੋਲਦੀ ਉਹਨੂੰ ਬਲੀਟ ਕਿਹਾ ਜਾਂਦਾ ਹੈ ਦੇ ਆਰ ਕੰਟੀਨਿਊਸਲੀ ਬਲੀਟਿੰਗ ਆਲ ਡੇ ਲੌਂਗ ਦ ਸ਼ੀਪ ਬਲੀਟਡ ਬਾ ਬਾ ਪੂਰਾ ਦਿਨ ਲਗਾਤਾਰ ਉਹ ਬੈ ਬੈ ਕਰੀ ਜਾਂਦੀ ਪਈ ਸੀ ਵਟ ਅ ਡੈਫਨਿੰਗ ਸਾਊਂਡ ਦੇ ਮੇਡ ਐਂਡ ਦੇ ਜਸਟ ਇਗਨੋਰਡ ਦ ਸ਼ੈਫਰਡਸ ਕਮਾਂਡ ਹੁਣ ਜੋ ਉਸ ਨੋਇਜ਼ ਬਣਾ ਮਤਲਬ ਕਿ ਕੱਢਦੀਆਂ ਸੀਗੀਆਂ ਉਹ ਇੰਨੀ ਜ਼ਿਆਦਾ ਸੀ ਕਿ ਕੋਈ ਬੰਦਾ ਡੈਫ ਹੋ ਸਕਦਾ ਹੈ ਉਹਨੂੰ ਸੁਣਨਾ ਬੰਦ ਹੋ ਸਕਦਾ ਹੈ ਤੇ ਈਵਨ ਉਹ ਸ਼ੈਫਰਡਸ ਦੀ ਜੋ ਕਮਾਂਡ ਹੁੰਦੇ ਸੀ ਜੋ ਆਰਡਰਸ ਹੁੰਦੇ ਸੀ ਉਹ ਵੀ ਨਹੀਂ ਮੰਨਦੀਆਂ ਸੀ ਆਪਣੇ ਮਾਲਕ ਦੀਆਂ ਹੀ ਯੂਜ਼ਡ ਆਲ ਦ ਮੀਨਸ ਹੀ ਕੁਡ ਟੂ ਗੈਟ ਦ ਸ਼ੀਪ ਟੂ ਲਿਸਨ ਟੂ ਹਿਮ ਐਂਡ ਟੂ ਹਿਸ ਡੌਗ ਬਟ ਦ ਸ਼ੀਪ ਡਿਡਨਟ ਕੇਅਰ ਉਹਨੇ ਹਰ ਤਰੀਕਾ ਅਜ਼ਮਾ ਕੇ ਵੇਖ ਲਿਆ ਕਿ ਜਿਹਦੇ ਨਾਲ ਜੋ ਸ਼ੀਪ ਸਨ ਉਹ ਉਹਦੀ ਤੇ ਉਹਦੇ ਕੁੱਤੇ ਦੀ ਗੱਲ ਮੰਨਣ ਬਟ ਸ਼ੀਪ ਨੇ ਨਹੀਂ ਸੁਣੀਆ ਠੀਕ ਹੈ ਫਾਈਨਲੀ ਸੀਇੰਗ ਐਸ ਦ ਸ਼ੀਪ ਵੁਡਨਟ ਸਟਾਪ ਬਲੀਟਿੰਗ ਦ ਸ਼ੈਫਰਡ ਡਿਸਾਈਡਡ ਟੂ ਐਟ ਲੀਸਟ ਹੈਵ ਸਮ ਫਨ ਵਿਦ ਇਟ ਹੁਣ ਜਦੋਂ ਅੰਤ ਵਿੱਚ ਸ਼ੈਫਰਡ ਨੂੰ ਰਿਅਲਾਈਜ਼ ਹੋਇਆ ਕਿ ਇਹ ਤੇ ਚੁੱਪ ਹੀ ਨਹੀਂ ਕਰਦੀਆਂ ਉਹਨੇ ਸੋਚਿਆ ਕਿਉਂ ਨਾ ਕੁਝ ਇਹਨਾਂ ਨਾਲ ਮਜ਼ਾ ਕੀਤਾ ਜਾਵੇ ਹੀ ਬੌਟ ਐਨ ਅਨੋਰਮਸ ਏਅਰ ਐਂਡ ਟ੍ਰਾਂਸਪੋਰਟਡ ਇਟ ਆਊਟ ਟੂ ਹਿਸ ਫੀਲਡਸ ਔਨ ਦੀ ਬੈਕ ਆਫ ਹਿਸ ਵੈਗਨ ਉਹਨੇ ਕੀਤਾ ਇੱਕ ਵੱਡਾ ਜਿਹਾ ਕੰਨ ਦੀ ਸ਼ੇਪ ਕੰਨ ਦਾ ਸ਼ੇਪ ਉਹ ਲੈ ਆਇਆ ਤੇ ਉਹਨੇ ਆਪਣੇ ਵੈਗਨ ਤੇ ਪਿੱਛੇ ਉਹ ਲਾਤਾ ਆਪਣੀ ਸ਼ੀਪ ਜਿੱਥੇ ਰਹਿੰਦੀਆਂ ਸੀ ਉਹਦੇ ਬਾਹਰ ਉਹਨੇ ਰੱਖਤਾ ਠੀਕ ਹੈ ਸਰਪ੍ਰਾਈਜ਼ਿੰਗਲੀ ਔਨ ਸੀਇੰਗ ਦ ਏਅਰ ਦੇ ਆਲ ਸਟਾਪਡ ਬਲੀਟਿੰਗ ਟੂ ਈਚ ਅਦਰ ਐਂਡ ਬਿਗਨ ਟੈਲਿੰਗ ਦ ਏਅਰ ਆਲ ਦੇਅਰ ਵੋਜ਼ ਐਂਡ ਕੰਪਲੇਂਟਸ ਹੁਣ ਕੀ ਹੋਇਆ ਸਰਪ੍ਰਾਈਜ਼ਿੰਗਲੀ ਅਸ਼ਚਰਜਨਕ ਕੀ ਹੋ ਗਿਆ ਕਿ ਕੰਨ ਨੂੰ ਵੇਖ ਕੇ ਸਭ ਨੇ ਇੱਕ ਦੂਜੇ ਨੂੰ ਬਲੀਡ ਕਰਨਾ ਬੰਦ ਕਰਤਾ ਤੇ ਉਸ ਕੰਨ ਦੇ ਕੋਲ ਆ ਕੇ ਆਪਣੀ ਜੋ ਵੀ ਕੰਪਲੇਂਟਸ ਹੁੰਦੇ ਜੋ ਵੀ ਗੱਲ ਹੁੰਦੀ ਸੀ ਉਹ ਹੌਲੀ ਜਿਹੀ ਉਸ ਕੰਨ ਦੇ ਕੋਲ ਆ ਕੇ ਬੋਲ ਦਿੰਦੀਆਂ ਸਨ ਵੈਨ ਦ ਸ਼ੈਫਰਡ ਡਰੋਵ ਹਿਸ ਵੈਗਨ ਦ ਸ਼ੀਪ ਵੁੱਡ ਈਵਨ ਫਾਲੋ ਦੈਮ ਅਬਾਊਟ ਜਸਟ ਸੋ ਦੇ ਕੁਡ ਕੈਰੀ ਔਨ ਟਾਕਿੰਗ ਟੂ ਦੀ ਏਅਰ ਹੁਣ ਕੀ ਕਰਦਾ ਸੀ ਸ਼ੈਫਰਡ ਆਪਣੇ ਵੈਗਨ ਨੂੰ ਅੱਗੇ ਵਧਾਉਂਦਾ ਸੀ ਉਹ ਕੰਨ ਵੀ ਨਾਲ ਨਾਲ ਜਾਂਦਾ ਸੀ ਤੇ ਸ਼ੀਪ ਵੀ ਉਹਨੂੰ ਫਾਲੋ ਕਰਦੀਆਂ ਰਹਿੰਦੀਆਂ ਸਨ ਤਾਂ ਕਿ ਉਹ ਕੰਨ ਦੇ ਨਾਲ ਜੋ ਕੰਨ ਸੀਗਾ ਉਹਨੂੰ ਆਪਣੀਆਂ ਗੱਲਾਂ ਸੁਣਾ ਸਕਣ ਐਂਡ ਸੋ ਇਟ ਵਾਸ ਦੈਟ ਦ ਸ਼ੈਫਰਡ ਅੰਡਰਸਟੂਡ ਦੈਟ ਈਵਨ ਸ਼ੀਪ ਹੈਵ ਸਮਥਿੰਗ ਟੂ ਸੇ ਐਂਡ ਜਸਟ ਵਾਂਟਡ ਟੂ ਬੀ ਲਿਸਨਡ ਟੂ ਇਹਦੇ ਨਾਲ ਸ਼ੈਫਰਡ ਨੂੰ ਕੀ ਰਿਅਲਾਈਜ਼ ਹੋਇਆ ਕਿ ਉਹਨੂੰ ਸਮਝ ਆਇਆ ਕਿ ਜੋ ਸ਼ੀਪ ਸਨ ਉਹ ਵੀ ਚਾਹੁੰਦੀਆਂ ਸਨ ਕਿ ਕੋਈ ਉਹਨਾਂ ਨੂੰ ਸੁਣੇ ਇਸ ਲਈ ਉਹਨਾਂ ਨੂੰ ਕੋਈ ਇਹੋ ਜਿਹਾ ਚੀਜ਼ ਚਾਹੀਦੀ ਸੀ ਜੋ ਉਹਨਾਂ ਨੂੰ ਸੁਣੇ ਕਿ ਉਹ ਬੋਲਦੀਆਂ ਕੀ ਪਈਆਂ ਨੇ ਕਿਉਂਕਿ ਉਹ ਵੀ ਇੱਕ ਜਾਨਵਰ ਹੈ ਉਹਨਾਂ ਦੇ ਵੀ ਇਮੋਸ਼ਨਸ ਨੇ ਉਹ ਵੀ ਉਹ ਐਕਸਪ੍ਰੈਸ ਕਰਨਾ ਚਾਹੁੰਦੀਆਂ ਨੇ ਤੋ ਚਾਹੁੰਦੀਆਂ ਨੇ ਕੋਈ ਉਹਨਾਂ ਨੂੰ ਸੁਣੇ ਤਾਂ ਉਹਨਾਂ ਨੂੰ ਕੌਣ ਮਿਲ ਗਿਆ ਕੰਨ ਉਹ ਮਿਲ ਗਿਆ ਜਿਹਨੂੰ ਉਹ ਆਪਣੀ ਸਾਰੀਆਂ ਗੱਲਾਂ ਕਰਦੀਆਂ ਸਨ ਹੁਣ ਅਸੀਂ ਫਿਲ ਇਨ ਦ ਬਲੈਂਕ ਸੋਲਵ ਕਰਦੇ ਹਾਂ ਬਹੁਤ ਈਜ਼ੀ ਰਹੇਗਾ ਜਿਨ੍ਹਾਂ ਨੇ ਸਟੋਰੀ ਚੰਗੀ ਤਰ੍ਹਾਂ ਸਮਝ ਲਈ ਹੈ ਵਾਂਸ ਅਪਨ ਅ ਟਾਈਮ ਦੇਅਰ ਵਾਸ ਅ ਸ਼ੈਫਰਡ ਹੂ ਬੌਟ ਅ ਡੈਸ਼ ਆਫ ਸ਼ੀਪ ਹਾਂਜੀ ਕੀ ਖਰੀਦਿਆ ਉਹਨੇ ਫਲੋਕ ਸੋ ਇੱਥੇ ਤੁਸੀਂ ਲਿਖ ਦੋਗੇ ਫਲੋਕ ਐਫ ਐਲ ਓ ਸੀ ਕੇ ਹੀ ਆਲਸੋ ਹੈਡ ਅ ਡੈਸ਼ ਕੀ ਸੀ ਉਹਦੇ ਕੋ ਡੌਗ ਸੀਗਾ ਹੂ ਹੈਲਪਡ ਹਿਮ ਟੂ ਡੈਸ਼ ਦ ਸ਼ੀਪਸ ਕੀ ਹੈਲਪ ਕਰਦਾ ਸੀ ਕੰਟਰੋਲ ਹਿਸ ਸ਼ੀਪ ਸੋ ਇੱਥੇ ਆ ਜਾਏਗਾ ਸੀ ਓ ਐਨ ਟੀ ਓ ਟੀ ਆਰ ਓ ਐਲ ਕੰਟਰੋਲ ਠੀਕ ਹੈ ਵੈਨ ਦ ਸ਼ੀਪ ਗਰੂ ਅਪ ਅ ਲਿਟਲ ਦ ਡੈਸ਼ ਰਿਅਲਾਈਜ਼ਡ ਦੈਟ ਦੀ ਸ਼ੀਪਸ ਜਸਟ ਡੈਸ਼ ਨਾਟ ਸਟਾਪ ਬਲੀਟਿੰਗ ਹੂ ਰਿਅਲਾਈਜ਼ਡ ਸ਼ੈਫਰਡ ਰਾਈਟ ਸ਼ੈਫਰਡ ਨੂੰ ਰਿਅਲਾਈਜ਼ ਹੋਇਆ ਸੀ ਕਿ ਦ ਸ਼ੀਪ ਕੀ ਹੈ ਜਸਟ ਵੁੱਡ ਨਾਟ ਸਟਾਪ ਬਲੀਡਿੰਗ ਬਲੀਟਿੰਗ ਸੋਰੀ ਮੈਂ ਬਲੀਡਿੰਗ ਭੁੱਲੀ ਜਾ ਰਹੀ ਹਾਂ
would not stop bleating all day long. The sheep bleated baa baa. What a deafening sound they made, and they just ignored the whose command? Shepherd's command. Now, next is, he used all the dash he could to get the sheep listen to him and his dogs. He used what? इत्थे आएगा. He used all the means. So इत्थे लिख दो. हर तरीके उन्हें इस्तेमाल कर ले means. But the sheep didn't care. Finally, on seeing the sheep wouldn't stop, what? देखो, bleating. लिख दो BLEATING. The shepherd decided to have some what? Fun with it. He bought an enormous ear and transported it out of his field on the dash of his wagon. Wagon de kithe siga? On the back of the wagon. So ethe aa jayega tada BACK back. And with this assi apna pura jo fill in the blanks a passage si assi solve karta hai. Je video useful lagi hove tanu like karna, share karna and subscribe to my channel Suksham Ma'am ki classes.